ਮਾਰੀ ਜਾਂਦਾ ਬਿਨਾ ਗੱਲੋ ਹੌਰਨ ਭਾਈ ਆਦੇ ਮੋਟਰਸਾਈਕਲ ਦਾ ਲਾਹ ਲੈਣ ਡਿਆ ਲੋ ਜੀ ਹੁਣ ਆਪਾਂ ਤਪੱਸਿਆ ਦੀ ਕਹਿੰਦੇ ਹੁੰਦੇ ਆ ਤਪੱਸਿਆ ਆਪਣੀ ਹੋ ਗਈ ਆ ਉਹ ਤੇਰਾ ਭਲਾ ਹੋ ਗਿਆ ਅਸਗਾ ਦੇਖੋ ਜੀ ਆਪਣਾ ਇਹਦਾ ਨਾਮ ਹੈ ਡੋਨਰ ਵਾਲਾ ਡੋਨਰ ਕਬਾਬ ਇਹ ਫਰੈਂਕਫੂਰਟ ਦੇ ਵਿੱਚ ਆ ਮੂਡ ਜਿਹਾ ਨਾ ਅਪਸੈਟ ਹੋ ਗਿਆ ਸਾਡਾ ਕਿਉਂਕਿ ਯੂਪੀਐਸ ਜਿੱਥੇ ਸੀ ਟੁਮਟੁਮ ਦਾ ਇਹ ਫਾਇਦਾ ਆ ਵੀ ਜਿਹੜਾ ਇਹ ਨਾ ਟ੍ਰੈਫਿਕ ਪ੍ਰੋਪਰ ਤੁਹਾਨੂੰ ਦੱਸੂਗਾ ਕਿੱਥੇ ਤੱਕ ਹੈਗੀ ਆ ਲਾਈਨ ਹੈ ਨਾ ਆਹ ਦੇਖ ਲਓ 500 ਮੀਟਰ ਰਹਿ ਗਿਆ ਅਤੇ 500 ਮੀਟਰ ਹੀ ਦੱਸ ਰਿਹਾ ਹੈ ਅਤੇ ਇਹਦਾ ਇਹ ਫਾਇਦਾ ਆ ਬਾਕੀ ਦੇਖੋ ਜਿਹੜਾ ਆਈਗੋ ਆ ਆਈਗੋ ਦਾ ਆਪਣਾ ਫਾਇਦਾ ਆਈਗੋ ਇਹ ਚੀਜ਼ ਨਹੀਂ ਦਿਖਾਉਂਦਾ ਆਈਗੋ ਆਇਆ ਆਹ ਚੀਜ਼ ਨਹੀਂ ਦਿਖਾਉਂਦਾ ਆਈਗੋ ਜਿਹੜਾ ਆ ਸਿਰਫ ਤੁਸੀਂ ਜਿੱਥੇ ਸੈੱਟ ਕਰਤਾ ਉੱਥੇ ਰਹੂਗਾ ਤਾਂ ਕਿ ਤੁਸੀਂ ਜੇ ਕੋਈ ਨਵਾਂ ਬੰਦਾ ਤੁਹਾਡੇ ਨਾਲ ਲੱਗਾ ਆ ਵੀ ਉਹ ਬੰਦਾ ਗਲਤ ਰੋਡ 'ਤੇ ਨਾ ਪਵੇ ਬਾਕੀ ਜਿਹੜਾ ਟੁਮਟੁਮ ਆ ਇਹਦੇ ਨਾਲ ਥੋੜ੍ਹਾ ਜਿਹਾ ਬੰਦੇ ਨੂੰ ਜੱਜਮੈਂਟ ਹੋ ਜਾਂਦੀ ਆ ਵੀ ਟ੍ਰੈਫਿਕ ਜੇ ਹੈਗਾ ਆ ਤਾਂ ਕਿੰਨਾ ਆ ਕਿੰਨਾ ਟਾਈਮ ਲੱਗੂਗਾ ਸੈਲਫਿਸ਼ ਚੱਲ ਰਿਹਾ ਬਾਈ ਤੂੰ ਕਾਹਲੀ ਤੈਨੂੰ ਕਾਹਦੀ ਤੂੰ ਵੇਟ ਕਰ ਲਾ ਤੈਨੂੰ ਕਾਹਲੀ ਆ ਲੈ ਲੈ ਇੰਨਾ ਸੈਲਫਿਸ਼ ਥੋੜ੍ਹਾ ਹੋਣਾ ਚਾਹੀਦਾ ਯਾਰ ਵੀ ਅਗਲਾ ਤੇਰੇ ਲਈ ਰੁਕੇ ਤੂੰ ਉਹਨੂੰ ਉਸ ਚੀਜ਼ ਨਾਲ ਹਿਸਾਬ ਨਾਲ ਚੱਲ ਗਾਲਾਂ ਹੀ ਹੁਣ ਉਸ ਤੈਨੂੰ ਕੱਢ ਨਹੀਂ ਸਕਦੇ ਕੀ ਬੰਦਾ ਕਵੇ ਤੂੰ ਸਮਝ ਤਾਂ ਲੱਗਣੀ ਨਹੀਂ ਕੀ ਕਹਿਣ ਡਿਆ ਠੀਕ ਠਾਕ ਹੋ ਆਹ ਦੇਖ ਲਓ ਇੱਥੇ ਇੱਦਾਂ ਦੇ ਭਾਂਡੇ ਵੀ ਧੋਣੇ ਪੈਂਦੇ ਆ ਇੱਦਾਂ ਦੀ ਜਗ੍ਹਾ 'ਤੇ ਰੁਕੇ ਹਾਂ ਵੀ ਜਿੱਥੇ ਅਸੀਂ ਬਾਹਰ ਨਹੀਂ ਧੋ ਸਕਦੇ ਜਗ੍ਹਾ ਹੈ ਨਹੀਂ ਗੀ ਭਾਂਡੇ ਤਾਂ ਧੋਣੇ ਬਣਦੇ ਕਿ ਨਹੀਂ ਬਣਦੇ ਹੈ ਨਾ ਆਪਣੇ ਕੀ ਇਹਨਾਂ ਦਾ ਨਾਮ ਆ ਵੀਰ ਦਾ ਬਾਬਾ ਜੀ ਦਾ ਬਾਬਾ ਜੀ ਦੇ ਸਦਕੇ ਅਸੀਂ ਤੁਰੇ ਫਿਰਦੇ ਹਾਂ ਇਹ ਸਾਡੇ ਸਾਥ ਕੀ ਤੁਰਿਆ ਫਿਰਦਾ ਕਰੇ ਸਹੀ ਗੱਲ ਆ ਬਾਈ ਹੋਰ ਅੱਲਾ ਬੰਦਾ ਦਾ ਅਸੀਂ ਹੈਗੇ ਜਰਮਨੀ ਦੇ ਜਰਮਨੀ ਦੇ ਵਿੱਚ ਤੁਸੀਂ ਕੀ ਕਰ ਆਪਣੇ ਨਾ ਬਾਹਰ ਰੋਡ ਦੇ ਉੱਤੇ ਤੁਸੀਂ ਭਾਂਡੇ ਧੋ ਨਹੀਂ ਸਕਦੇ ਨਾ ਜਰਮਨੀ 'ਚ ਨਾ ਫਰਾਂਸ ਦੇ ਵਿੱਚ ਸਹੀ ਆ ਜੇ ਕਿਸੇ ਪਾਰਕ 'ਚ ਹੋ ਉਹ ਵੱਖਰੀ ਗੱਲ ਆ ਪਰ ਫਿਰ ਇਹ ਜਿੱਥੇ ਕੋਈ ਬੁਰਾ ਆ ਜਾਵੇ ਫਿਰ ਉਹ ਬੋਲਣ ਲੱਗ ਪੈਂਦਾ ਹੁੰਦਾ ਇਸ ਕਰਕੇ ਆਪਾਂ ਸਾਈਡ ਜੀ 'ਤੇ ਇੱਥੇ ਆਪਾਂ ਡੋਲ ਦੇਣਾ ਪਾਣੀ ਠੀਕ ਹੈ ਜੀ ਬਾਬਾ ਤਾਂ ਉੱਦਾਂ ਕਹਿੰਦਾ ਭਾਜੀ ਰਹਿਣ ਤੋਂ ਤੁਸੀਂ ਮੈਂ ਧੋਣਾ ਅੱਗੇ ਇਹਨੇ ਧੋ ਲਿਆ ਤਾਂ ਹੁਣ ਮੇਰੀ ਵਾਰੀ ਬਣਦੀ ਕਿ ਨਹੀਂ ਬਣਦੀ ਹੈ ਬਾਬੇ ਹਾਂਜੀ ਮੈਂ ਧੋਣਾ ਅੱਗੇ ਤੂੰ ਧੋ ਲਿਆ ਯਾਰ ਹੁਣ ਨਹੀਂ ਭਾਜੀ ਯਾਰ ਹੁਣ ਮੇਰੀ ਵੀ ਤਾਂ ਬਣਦੀ ਹੈ ਨਾ ਯਾਰ ਦੇਖ ਸਾਥ ਇੱਕ ਦੂਜੇ ਦਾ ਹੋਣਾ ਬਹੁਤ ਜ਼ਰੂਰੀ ਹੈ ਇਹ ਥੋੜ੍ਹਾ ਤੈਨੂੰ ਹੁਣ ਮੈਂ ਤੈਨੂੰ ਭਾਂਡੇ 'ਤੇ ਲਾਈ ਰੱਖ ਤੂੰ ਉੱਥੇ ਡਰਾਈਵਰੀ ਕਰਨ ਆਇਆ ਅੰਕਲੇ ਦੱਸ ਤੂੰ ਯਾਰ ਸੁਣਾ ਤੂੰ ਡਰਾਈਵਰੀ ਕਰਨ ਆਇਆ ਇੱਥੇ ਭੰਡ ਥੋੜ੍ਹਾ ਮੰਨ ਦੇਣਾ ਆਇਆ ਇੱਥੇ ਸਾਨੂੰ ਤਾਂ ਭਾਂਡੇ ਮਾਂਜਣ ਲਈ ਰੱਖ ਰਹੀ ਹੈ ਆਪਾਂ ਕੰਮ ਸਿੱਖਣਾ ਆਪਾਂ ਭਾਂਡੇ ਤਾਂ ਬਹੁਤ ਧੋਂਦੇ ਰਹੇ ਹਾਂ ਸਾਰੀ ਉਮਰ ਹੀ ਨਹੀਂ ਕੰਮ ਵੀ ਸਿੱਖਣਾ ਇਹ 'ਚ ਆਪਾਂ ਸੁੱਟ ਸਕਦੇ ਹਾਂ ਸੜ ਦਿੱਤਾ ਤਾਂ ਕਿ ਕੋਈ ਵੀ ਬੰਦਾ ਓਬਜੈਕਟ ਨਾ ਕਰੇ ਆਪਾਂ ਨੂੰ ਆ ਕੇ ਇੱਥੇ ਆ ਕੇ ਇਹ ਨਾ ਕਹੇ ਤੁਸੀਂ ਖਲਾਰਾ ਪਾਉਂਦੇ ਖਲਾਰਾ ਕਾਹਦਾ ਆ ਤਾਂ ਪਾਣੀ ਆ ਬਸ ਹੈ ਨਾ ਆਹੋ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਆ ਇਹ ਕੰਮ ਕਹਿਣਾ ਸੌਖਾ ਆ ਕਰਨਾ ਔਖਾ ਆ ਹੁਣ ਜਿੱਥੇ ਅਸੀਂ ਜਾਣਾ ਭਰਨ ਲਈ ਇਹ ਤੁਹਾਨੂੰ ਦੱਸਦਾ ਕਿਉਂ ਅਸੀਂ ਭਾਂਡੇ ਮੰਨ ਜਾਂਦੇ ਹਾਂ
ਕਈ ਬੰਦੇ ਸੋਚ ਸਕਦੇ ਆ ਬਾਅਦ 'ਚ ਵੀ ਕਰ ਸਕਦੇ ਜੀ। ਇਹ ਅਸੀਂ ਤਾਂ ਇੱਦਾਂ ਕਰਨ ਡੇ ਜਿੱਥੇ ਅਸੀਂ ਜਾਣਾ ਨਾ ਉੱਥੇ ਟ੍ਰੇਲਰ ਨੂੰ ਛੱਡਣਾ ਪੈਣਾ ਅੰਦਰ, ਟ੍ਰੇਲਰ ਛੱਡਣਾ ਪੈਣਾ ਆਪਾਂ ਨੂੰ। ਹਾਂਜੀ ਟ੍ਰੇਲਰ 'ਚ ਟੈਂਕੀ ਲੱਗੀ ਆ, ਟ੍ਰੇਲਰ 'ਚ ਭਾਂਡੇ ਧੋਣ ਵਾਲੀ ਟੈਂਕੀ ਸਾਡੀ। ਹੁਣ ਉੱਥੇ ਕੀ ਪਤਾ ਟ੍ਰੇਲਰ ਆਪਾਂ ਨੂੰ 10 ਘੰਟੇ ਲਈ ਛੱਡਣਾ ਪਵੇ, 10 ਘੰਟੇ ਲਈ, 9 ਘੰਟੇ ਲਈ। ਹਾਂਜੀ ਇਸ ਕਰਕੇ ਆਪਾਂ ਨੇ ਆਪਣਾ ਕੰਮ ਜਿਹੜਾ ਆ ਐਡਵਾਂਸ ਕਰਨਾ ਪਹਿਲਾਂ ਕੰਟਰੋਲ। ਸਹੀ ਹੈ ਜੀ, ਚਲੋ ਹੁਣ ਤੁਹਾਨੂੰ ਭਾਂਡੇ ਮਾਂਜ ਕੇ ਦੁਬਾਰਾ ਮਿਲਦੇ ਤੁਹਾਨੂੰ। ਲਓ ਜੀ ਫਰੈਂਕਫੂਡ ਚੱਲੇ ਆਪਾਂ, ਦੇਖ ਲਓ ਫਰੈਂਕਫੂਡ ਮੇਨ ਰਹਿ ਗਿਆ ਥੋੜ੍ਹਾ ਜੀ ਇਸ ਟਾਈਮ, ਅਤੇ ਟ੍ਰੈਫਿਕ ਵੀ ਨਹੀਂ ਦਿਖਾ ਰਿਹਾ। ਸ਼ੈਲਫ ਮਾਰੀ ਆਪਾਂ, ਇੱਧਰ ਸ਼ੈਲਫ ਦਿਖਣੀ ਨਹੀਂ ਜੀ। ਸਤਿ ਸ਼੍ਰੀ ਅਕਾਲ ਜੀ, ਦੇਖਿਆ ਤੁਸੀਂ ਭਾਂਡੇ ਮਾਂਜੇ ਆ, ਭਾਂਡੇ ਵੀ ਮਾਂਜਣੇ ਪੈਂਦੇ ਆਪਾਂ ਨੂੰ, ਹੁਣ ਆਪਾਂ ਕੰਪਲੀਟ ਕਰ ਲਿਆ। 24 ਘੰਟੇ ਦੀ ਬ੍ਰੇਕ 'ਤੇ ਆਪਾਂ ਸ਼ਿਫਟ ਲੱਗੇ ਹਾਂ ਖੋਲ੍ਹਣ, ਹੁਣ ਆਪਾਂ ਨੇ ਕਰਨੀ ਬੰਦ, ਫਿਰ ਆਪਾਂ ਖੋਲ੍ਹਦੇ ਹਾਂ। ਇੱਕ ਮਿੰਟ ਰੁਕ ਜੀ ਆਪਾਂ, ਕਈ ਕੋਈ ਬੰਦੇ ਹੁੰਦੇ ਆ ਤੁਸੀਂ ਸ਼ਿਫਟ ਖੋਲ੍ਹਦੇ ਆ ਨਾਲੋ ਨਾਲ ਹੀ ਤੁਸੀਂ ਆਪਣੇ ਬੰਦ ਕਰਦੇ ਨਾਲ ਹੀ ਤੁਸੀਂ ਖੋਲ੍ਹ ਲੈਂਦੇ ਹੈ ਨਾ ਉਸੇ ਟਾਈਮ। ਮੰਨ ਲਓ ਕਿ ਤੁਸੀਂ ਸ਼ਿਫਟ ਬੰਦ ਕਰਨੀ ਭੁੱਲ ਗਏ ਹੈ ਨਾ ਪਹਿਲਾਂ, ਆਪਣੀ ਬ੍ਰੇਕ ਤੋਂ ਪਹਿਲਾਂ, ਜਾਂ ਤੁਸੀਂ ਨਹੀਂ ਕੀਤੀ, ਜ਼ਰੂਰੀ ਨਹੀਂ ਹੁੰਦਾ ਵੀ ਨਾਲ ਨਾਲ ਬੰਦ ਕਰਨੀ ਹੈ। ਜੇ ਨਹੀਂ ਕੀਤੀ ਤਾਂ ਤੁਸੀਂ ਜਦੋਂ ਸਟਾਰਟ ਕਰਨੀ ਹੈ ਸ਼ਿਫਟ ਉਸ ਤੋਂ ਪਹਿਲਾਂ ਆਪਾਂ ਨੇ ਬੰਦ ਕਰਨੀ ਹੁੰਦੀ, ਸ਼ਿਫਟ ਪਹਿਲਾਂ ਬੰਦ ਕਰਨੀ ਹੁੰਦੀ। ਠੀਕ ਹੈ ਜੀ, ਹੁਣ ਮੈਂ ਸ਼ਿਫਟ ਬੰਦ ਕੀਤੀ ਆ, ਹੁਣ 5 ਹੋ ਗਏ ਆ, 14:04 'ਤੇ ਮੈਂ ਕੀਤੀ ਸੀਗੀ ਸ਼ਿਫਟ ਬੰਦ ਰਾਈਟ, ਅਤੇ ਹੁਣ ਆਪਾਂ ਨੇ ਖੋਲ੍ਹਣੀ। ਠੀਕ ਹੈ ਜੀ, ਖੋਲ੍ਹਣਾ ਕਿੱਦਾਂ ਹੁੰਦਾ ਉਹ ਵੀ ਤੁਹਾਡੇ ਲਈ ਇੱਕ ਬਲੌਗ ਆ ਰਿਹਾ ਪ੍ਰੋਪਰ ਟੈਕੋਗ੍ਰੈਫ ਦੇ ਉੱਤੇ, ਸਪੈਸੀਫਿਕਲੀ ਟੈਕੋਗ੍ਰੈਫ। ਠੀਕ ਹੈ ਜੀ, ਟੈਕੋਗ੍ਰੈਫ ਦੇ ਉੱਤੇ ਆ ਰਿਹਾ, ਉਹਦੇ ਵਿੱਚ ਤੁਹਾਡੇ ਲਈ ਸਿੱਖਣ ਦੇ ਲਈ ਬਹੁਤ ਕੁਛ ਹੋਊਗਾ, ਜਿੰਨਾ ਕੁ ਮਾੜਾ ਮੋਟਾ ਮੈਨੂੰ ਆਉਂਦਾ ਆਪਾਂ ਤੁਹਾਨੂੰ ਦੱਸੀਏ, ਹੈ ਨਾ। ਆਪਾਂ ਵੀ ਕੋਈ ਬਾਹਲੇ ਪਰਫੈਕਟ ਨਹੀਂ ਗਏ ਜੀ, ਕੀ ਖਿਆਲ ਆ, ਜਿੰਨਾ ਐਕਸਪੀਰੀਅੰਸ ਹੋਵੇ ਉਨਾ ਥੋੜ੍ਹਾ। ਚਲੋ ਜੀ ਰੱਬ ਦਾ ਨਾਂ ਲੈ ਕੇ ਖਿੱਚੀਏ ਗੱਡੀ, ਔਰ ਰਾਈਟ ਚੱਲੀਏ ਬਾਬਾ ਜੀ। ਹਾਂਜੀ ਚਲੋ ਜੀ, ਗੱਡੀ ਖਿੱਚੀਏ ਲਓ ਜੀ, ਪੱਖਾ ਕਰ ਲਈਏ ਹੌਲੀ, ਪੱਖਾ ਤਾਂ ਇੱਦਾਂ ਚੱਲ ਰਿਹਾ ਜਿੱਦਾਂ 40 ਦੀ ਬ੍ਰੇਕ ਮੰਗ ਰਿਹਾ ਸੇਠ ਆਪਣੇ ਕੋਲ। ਆਪਾਂ ਨੇ ਹੁਣ ਲੋਡ ਕਰਨਾ, ਅਸੀਂ ਜਾ ਰਹੇ ਫਰੈਂਕਫੂਡ ਜਿੱਦਾਂ ਤੁਹਾਨੂੰ ਦਿਖਾਇਆ ਜੀ ਹੈ ਨਾ। ਮੀਂਹ ਪੈ ਰਿਹਾ ਜੀ, ਮੀਂਹ ਕੋਈ ਸਾਈਨ ਨਹੀਂ, ਕੋਈ ਕੁਛ ਨਹੀਂ, ਹੁਣ ਦਿੱਤਾ ਸਾਈਨ ਮੈਨੂੰ ਦੇਖ ਕੇ, ਇਹਨੇ ਵੀ ਨਹੀਂ ਦਿੱਤਾ ਹੋਇਆ, ਇਹ ਵਿਚਾਰਾ ਮੇਰੀ ਅੱਗੀ। ਮੈਨੂੰ ਕਹਿੰਦੇ ਕੋਡੀਕੋ ਸਕੂਲ ਕਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਕਰਕੇ। ਹਾਂਜੀ ਸਹੀ ਗੱਲ, ਇੱਦਾਂ ਨਹੀਂ ਗਾ ਵੀ ਤੁਸੀਂ ਇੰਡੀਆ ਦਾ ਲਾਇਸੈਂਸ ਚੇਂਜ ਕਰਾ ਲਿਆ, ਲੈ ਵੀ ਮੈਂ ਬਣ ਗਿਆ ਬੱਸ ਡਰਾਈਵਰ ਇੱਥੇ, ਤਾਂ ਇੱਦਾਂ ਨਹੀਂ ਸੋਚਣਾ ਕਦੀ ਵੀ। ਜਿੰਨਾ ਸਿੱਖ ਕੇ ਕੰਮ ਕਰੂੰਗੇ ਨਾ ਉਨਾ ਤੁਸੀਂ ਲੰਬਾ ਦੌੜੋਗੇ, ਜੇ ਤੁਸੀਂ ਬਸ ਮਾੜਾ ਜਿਹਾ ਵਾ ਲਾਇਸੈਂਸ ਚੇਂਜ ਕਰਾਇਆ, ਜਾਂ ਤੁਸੀਂ ਦੁਬਈ ਦਾ ਲਾਇਸੈਂਸ ਚੇਂਜ ਕਰਾ ਲਓ, ਜਾਂ ਜਿੱਦਾਂ ਵੀ ਹੈ ਨਾ, ਜੇ ਤੁਹਾਨੂੰ ਉੱਦਾਂ ਦਾ ਅੱਬਲ ਤਾਂ ਦਿੰਦੇ ਨੇ, CE ਦਾ ਨਹੀਂ ਦਿੰਦੇ ਲਾਇਸੈਂਸ, CE ਦਾ ਲਾਇਸੈਂਸ ਨਹੀਂ ਮਿਲਦਾ। ਜੇ ਮਿਲਦਾ ਆ ਤਾਂ CE ਦਾ ਮਿਲਦਾ, CE ਅਤੇ CE1 ਜਿਨ੍ਹਾਂ ਨੂੰ ਵੀ ਮਿਲਿਆ ਹੈ ਨਾ, CE ਦਾ ਕਰਨਾ ਪੈਂਦਾ। ਪਰ ਕੋਡੀਕੋ ਜਿਹੜਾ ਆ ਟੈਸਟ ਆ, ਜਿਹੜਾ ਆਪਣੇ ਕੋਡੀਕੋ, ਜਿਹਨੂੰ ਕੋਡੀਕੋ ਕਹਿੰਦੇ ਸਾਈਨ, ਹੈ ਨਾ, ਕੀ ਖਿਆਲ ਆ? ਹਾਂਜੀ ਸਾਈਨ ਹੈ ਜਿਹੜੇ, ਉਹ ਤਾਂ ਤੁਹਾਨੂੰ ਸਿੱਖਣੇ ਪੈਂਦੇ ਆ ਨਾ। ਹਾਂਜੀ, ਕਿਉਂਕਿ ਉਹ ਤਾਂ
ਜਦੋਂ ਆਪਾਂ ਪੀ ਕਰੀਦਾ ਉਦੋਂ ਸਿਖਾਉਂਦੇ ਉਹਦਾ ਪੇਪਰ ਹੁੰਦਾ ਉਹਦਾ ਪੇਪਰ ਹੁੰਦਾ ਉਹਦੇ ਵਿੱਚ ਇਨਕਲੂਡ ਹੁੰਦੇ ਸਾਰੇ ਸਾਈਨ ਹਾਂਜੀ ਸਾਈਨਾਂ ਨੂੰ ਸਮਝਣਾ ਸਾਈਨਾਂ ਦੇ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਤੁਸੀਂ ਟਰੱਕ ਇੱਦਾਂ ਦੀ ਜਗ੍ਹਾ 'ਤੇ ਬਾਲ ਲੈਣਾ ਗੱਡੀ ਦਾ ਫਿਰ ਜੇ ਤੁਸੀਂ ਤੁਸੀਂ ਲਾ ਲਓ ਸਾਹਿਬ ਜੀ ਗੱਡੀ ਅੰਦਰ ਗਲਤ ਸਾਈਨ 'ਚ ਗਈ ਉਹ ਡੇਂਜਰਸ ਆ ਤਾਂ ਟਰੱਕ ਲਈ ਕਿੰਨਾ ਡੇਂਜਰਸ ਹੋਊਗਾ ਤੁਸੀਂ ਆਪਣੀ ਲਾਈਫ ਦਾ ਰਿਸਕ 'ਚ ਪਾਉਣੀ ਆ ਨਾਲ ਦੂਜੇ ਦੇ ਵੀ ਪਾ ਦੇਣੀ ਕੀ ਖਿਆਲ ਆ ਸਹੀ ਗੱਲ ਹੈ ਅਤੇ ਇਸ ਚੀਜ਼ ਨੂੰ ਕਦੀ ਵੀ ਐਵੇਂ ਬਾਹਲਾ ਜ਼ਿਆਦਾ ਪ੍ਰਾਊਡਲੀ ਨਹੀਂ ਲੈਣਾ ਐਵੇਂ ਜਿੱਦਾਂ ਆਪਣੇ ਕਰਦੇ ਕਈ ਬੰਦੇ ਵੀ ਓਵਰ ਪ੍ਰਾਊਡ ਹੋ ਜਾਂਦੇ ਆ ਓਵਰ ਪ੍ਰਾਊਡ ਕਦੀ ਨਹੀਂ ਹੋਣਾ ਵੀ ਮੈਨੂੰ ਬਹੁਤ ਐਕਸਪੀਰੀਅੰਸ ਆ ਮੈਂ ਇੱਦਾਂ ਆ ਉੱਦਾਂ ਆ ਸੁਣਨ ਦੇ ਵਿੱਚ ਫਿਰ ਜਨਤਾ ਦੀਆਂ ਗੱਲਾਂ ਬਹੁਤ ਆਪਾਂ ਨੂੰ ਸਾਹਮਣੇ ਆਉਂਦੀਆਂ ਅਤੇ ਹਾਸਾ ਵੀ ਆਉਂਦਾ ਅਤੇ ਥੋੜ੍ਹਾ ਜਿਹਾ ਗੁੱਸਾ ਵੀ ਆਉਂਦਾ ਜਿੰਨਾ ਐਕਸਪੀਰੀਅੰਸ ਹੋਊਗਾ ਉੰਨਾ ਘੱਟ ਹੈ ਜੀ ਥੋੜ੍ਹਾ ਵਾਲਾ ਹੁਣ ਜਿੱਦਾਂ ਲੈਂਗੁਏਜ ਦੇ ਬਾਰੇ ਮੈਂ ਦੱਸਿਆ ਤੁਹਾਨੂੰ ਵੀ ਲੈਂਗੁਏਜ ਬੇਸਿਕ ਆਉਣੀ ਚਾਹੀਦੀ ਹੈ ਦੇਖੋ ਤੁਹਾਨੂੰ ਮੈਂ ਇਹ ਗੱਲ ਦੱਸੀ ਆ ਵੀ ਇਗਜ਼ਾਮ ਕਰਨ ਦੇ ਲਈ ਲੈਂਗੁਏਜ ਨਹੀਂ ਉਹ ਸਕੂਲ ਨਹੀਂ ਮੰਗਦੇ ਤੁਹਾਨੂੰ ਕੰਮ ਕਰਨ ਲਈ ਤਾਂ ਲੈਂਗੁਏਜ ਆਉਣੀ ਚਾਹੀਦੀ ਆ ਤੁਸੀਂ ਆਪਣੇ ਆਪ ਨੂੰ ਉਸ ਸਿਚੁਏਸ਼ਨ 'ਚ ਰੱਖ ਕੇ ਦੇਖੋ ਤੁਹਾਡੇ ਨਾਲ ਉੱਦਾਂ ਦਾ ਬੰਦਾ ਤੁਸੀਂ ਫਸਟ ਡਰਾਈਵਰ ਹੋਵੋ ਤੁਹਾਡੇ ਨਾਲ ਇੱਕ ਬੰਦਾ ਹੋਵੇ ਵੀ ਜਿਹੜਾ ਜਿਹਨੂੰ ਜਿਹੜੀ ਭਾਸ਼ਾ ਬਿਲਕੁਲ ਟੋਟਲੀ ਡਿਫਰੈਂਟ ਹੋਵੇ ਤੁਹਾਡੇ ਨਾਲ ਤੁਸੀਂ ਉਹਦੇ ਕੋਲੋਂ ਕਿੱਦਾਂ ਕੰਮ ਲਓਗੇ ਤੁਹਾਨੂੰ ਆਪ ਕਰਨਾ ਪੈਣਾ ਕਈ ਗੱਲਾਂ ਇੱਦਾਂ ਦੀ ਹੁਣ ਯਾਰ ਛੱਡ ਇਹਨੂੰ ਰਹਿਣ ਦੇ ਕਹਿਣ ਉਹਨੂੰ ਸਮਝਾਉਣ ਲਈ ਮੈਨੂੰ ਉਨਾ ਟਾਈਮ ਲੱਗ ਜਾਣਾ ਜਿੰਨੇ 'ਚ ਮੈਂ ਆਪ ਕੰਮ ਕਰ ਦੇਣਾ ਹੈ ਨਾ ਇਸ ਗੱਲ ਕਰਕੇ ਦੂਸਰੇ ਬੰਦੇ ਨੂੰ ਜਦੋਂ ਤੁਸੀਂ ਇੱਦਾਂ ਦੀ ਸਿਚੁਏਸ਼ਨ 'ਚ ਪਾਓਗੇ ਉਹਨੂੰ ਗੁੱਸਾ ਆਇਆ ਕਰੂਗਾ ਫਿਰ ਹਰ ਗੱਲ 'ਤੇ ਐਵੇਂ ਲੜੋਂਗੇ ਤੁਸੀਂ ਆਪਸ ਦੇ ਵਿੱਚ ਉਹ ਫਿਰ ਤੁਹਾਡਾ ਮਾਹੌਲ ਵਧੀਆ ਨਹੀਂ ਕ੍ਰੀਏਟ ਹੋਣਾ ਕੀ ਖਿਆਲ ਆ ਮੈਂ ਤਾਂ ਇੱਦਾਂ ਸੋਚਦਾ ਬਾਕੀ ਤੁਸੀਂ ਸ਼ਾਇਦ ਜਿੱਦੂ ਵੀ ਵਧੀਆ ਸੋਚਦੇ ਹੋ ਮੈਨੂੰ ਤਾਂ ਉਨੀ ਕੁ ਅਕਲ ਆ ਜੀ ਜਿੰਨੀ ਕੁ ਮਾੜੀ ਮੋਟੀ ਜੇ ਹੈਗੀ ਆ ਆਪਾਂ ਨੂੰ ਇੱਦਾਂ ਕਿ ਨਹੀਂ ਹੋ ਸਕਦਾ ਆਪਾਂ ਕਿਸੇ ਦੇਖੋ ਕਿਸੇ ਦੀ ਕਿਸੇ ਨੂੰ ਠੇਸ ਨਹੀਂ ਪਹੁੰਚਾਉਣੀ ਆਪਣਾ ਮੇਨ ਮਕਸਦ ਹੈ ਤੁਹਾਨੂੰ ਥੋੜ੍ਹਾ ਜਿਹਾ ਸਮਝਾਉਣਾ ਵੀ ਤੁਹਾਨੂੰ ਗੱਲਾਂ ਦੱਸਣੀਆਂ ਵੀ ਜਿਹੜਾ ਆਉਣ ਵਾਲਾ ਟਾਈਮ ਜੇ ਤੁਸੀਂ ਸਟਾਰਟ ਕਰਨਾ ਆ ਕੰਮ ਨਾ ਇਹ ਤੁਹਾਡੇ ਲਈ ਵਧੀਆ ਹੋਵੇ ਟਰੱਕ ਵਾਲੇ ਨੇ ਬੜਾ ਗਲਤ ਕੀਤਾ ਇਹ ਟਰੱਕ ਵਾਲੇ ਨੂੰ ਚੱਲ ਜਾਣਾ ਚਾਹੀਦਾ ਸੀ ਦੂਸਰੇ ਪਾਸੇ ਲੇਨ ਬੰਦ ਕੀਤੀ ਆ ਸਾਫ਼ ਸਫਾਈ ਜਾਂ ਕਰਨ ਇਹਨਾਂ ਨੇ ਬੰਦ ਕੀਤੀ ਹੈ ਅਤੇ ਆਉਣ ਵਾਲਾ ਪਿੱਛੇ ਜਿਹੜੇ ਟਰਾਲੇ ਆਉਂਦੇ ਆ ਨਾ ਉਹਨਾਂ ਨੂੰ ਕੀ ਚਾਹੀਦਾ ਉਹਨਾਂ ਨੂੰ ਚਾਹੀਦਾ ਵੀ ਸਾਈਡ 'ਤੇ ਪਹਿਲਾਂ ਹੀ ਲੈਨ ਦੂਸਰੀ 'ਚ ਹੋ ਜਾਵੇ ਪਰ ਜਿਹੜੀਆਂ ਛੋਟੀਆਂ ਗੱਡੀਆਂ ਵਾਲਾ ਦੇਖੋ ਕਰਦੇ ਕੀ ਪਏ ਆ ਇਹ ਜਿਹੜਾ ਟਾਇਰ ਪਟਾ ਕਿਸੇ ਦਾ ਟਾਇਰ ਫਟਿਆ ਵੀ ਚੱਕਣ ਡਿਆ ਵੀ ਤਾਂ ਕਿ ਹੋਰ ਕਿਸੇ ਦਾ ਟਾਇਰ ਨਾ ਪੱਟੇ ਇਹਦੇ ਵਿੱਚ ਹੁੰਦੀਆਂ ਤਾਰਾਂ ਹੀ ਹੁੰਦੀਆਂ ਨਾ ਲਾਇਆ ਵੀ ਤੁਸੀਂ ਥਰਡ ਲਾਈਨ 'ਚ ਨਹੀਂ ਬਣਨਾ ਹਾਰਡ ਸ਼ੋਲਡਰ ਕਹਿੰਦੇ ਇਹਨੂੰ ਸਹੀ ਹੈ ਜੀ ਇਹਨੂੰ ਹਾਰਡ ਸ਼ੋਲਡਰ ਕਹਿੰਦੇ ਹਾਰਡ ਸ਼ੋਲਡਰ ਕੀ ਹੁੰਦਾ ਉਹ ਵੀ ਦੱਸ ਦਿੰਦਾ ਤੁਹਾਨੂੰ ਹਾਰਡ ਸ਼ੋਲਡਰ ਹੁੰਦਾ ਜਦੋਂ ਕਿਤੇ ਐਮਰਜੈਂਸੀ ਪੈ ਜਾਵੇ ਤੁਹਾਡੀ ਗੱਡੀ ਖਰਾਬ ਹੋ ਗਈ ਜਾਂ ਕੁਛ ਹੋ ਗਈ ਤੁਸੀਂ ਥਰਡ ਲਾਈਨ 'ਚ ਕਿਉਂਕਿ ਆਹ ਆਹ ਜਿਹੜਾ ਹਾਰਡ ਸ਼ੋਲਡਰ ਆ ਨਾ ਉਹਦੇ 'ਚ ਗੱਡੀ ਬਾਲ ਲੈਣਾ ਤਾਂ ਕਿ ਪਿੱਛੋਂ ਆਉਣ ਵਾਲਾ ਟ੍ਰੈਫਿਕ ਚੱਲੀ ਜਾਵੇ ਤੁਸੀਂ ਉੱਧਰ ਵੜ ਜਾਓ ਉਹਨੂੰ ਕਹਿੰਦੇ ਹਾਰਡ ਸ਼ੋਲਡਰ ਮੈਨੂੰ ਇੰਡੀਆ 'ਚ ਨਹੀਂ ਸੀ ਪਤਾ ਇਸ ਬਾਰੇ ਮੈਂ ਇੰਗਲੈਂਡ ਦੇ ਵਿੱਚ ਜਦੋਂ ਲਾਇਸੈਂਸ ਕੀਤਾ ਸੀ ਉਦੋਂ ਮੈਨੂੰ ਪਤਾ ਲੱਗਾ ਸੀ ਜਦੋਂ ਮੈਂ ਕਾਰ ਦਾ ਲਾਇਸੈਂਸ ਕੀਤਾ ਸੀ ਠੀਕ ਹੈ ਜੀ ਵਾਹ ਵਾਹ ਜੀ ਹੁਣ ਤੁਸੀਂ ਦੱਸੋ ਆਹ ਦੇਖੋ ਆਹ ਟਰੱਕ ਕਿੱਥੇ ਦੇਖ ਲਓ ਉਹ ਕਿੱਥੇ ਉਹਦਾ ਟਾਇਰ ਪਾਟਾ ਅਤੇ ਕਿੱਥੇ ਖੜਾ ਦੇਖ ਲਓ ਕੀ ਖਿਆਲ ਆ ਹਾਂਜੀ ਆਹ ਦੇਖੋ ਆਹ ਟਰੱਕ ਕਿੱਥੇ ਖੜਾ ਦੇਖ ਲਓ ਉਹ ਦੇਖ ਲਓ ਕਿੱਥੇ ਪਿੱਛੇ ਉਹ ਕਲੀਅਰ ਕਰਨ ਡੇ ਇਹਦੇ ਕਰਕੇ ਗੱਡੀਆਂ ਜਾਂਦੀਆਂ ਛੂਕਦੀਆਂ ਕੀ ਖਿਆਲ ਆਪਾਂ ਬਾਵੇ ਦਾ ਦਿਲ ਤਾਂ ਲਾ ਦਿੱਤਾ ਆ ਬਾਵੇ ਨੇ ਸਾਡਾ ਲਾ ਦਿੱਤਾ ਨਹੀਂ ਬਾਵਾ ਜੀ ਦਿਲ ਲੱਗਾ ਤਾਂ ਹੀ ਕਰਕੇ ਚਲੋ ਵੀਡੀਓ ਬਣਦੀ ਪਈ ਜੇ ਬੰਦਾ ਉੱਦਾਂ ਹੀ ਸੜਿਆ ਜਾਂ ਨਾਲ ਹੋਵੇ ਉੱਦਾਂ ਦਾ ਹੁਣ ਕੀ ਦੱਸਾਂ ਮੈਂ ਤੁਹਾਨੂੰ ਉੱਦਾਂ ਦਾ ਬੰਦਾ ਨਾਲ ਹੋਵੇ ਕਿੱਥੇ ਫਿਰ ਬੰਦਾ ਦਿਲ ਨਹੀਂ ਕਰਦਾ ਕੁਛ ਵੀ ਕਰਨਾ ਬੰਦਾ ਕਹਿੰਦਾ ਚੁੱਪ ਕਰਕੇ ਬੈਠਾ ਭਾਅ ਜੀ ਮੈਂ ਇੱਕ ਗੱਲ ਨੋਟ ਕੀਤੀ ਆ ਜਿੱਦਾਂ ਮੈਂ ਵੀ ਚਲੋ ਹਲੇ ਨਵਾਂ ਹੀ ਹਾਂ ਪਰ ਥੋੜ੍ਹੇ ਕੁ ਦਿਨ ਜਿੱਦਾਂ ਮੈਨੂੰ ਹੋ ਗਏ ਮੇਰਾ ਥੋੜ੍ਹਾ ਬਹੁਤਾ ਜਿਹੜਾ ਛੋਟਾ ਮੋਟਾ ਐਕਸਪੀਰੀਅੰਸ ਇਕੱਠਾ ਕੀਤਾ ਮੈਂ ਹੈ ਨਾ ਜਿਹੜੀ ਆਪਾਂ ਉੱਥੇ ਘਰ ਬੈਠੇ ਸੋਚਦੇ ਹਾਂ ਵੀ ਇਹ ਕੰਮ ਇੱਦਾਂ ਇੰਨਾ ਸੌਖਾ ਹੈ ਨਾ ਬਹੁਤ ਵਧੀਆ ਅਤੇ ਚਲੋ ਔਖਾ ਵੀ ਹੈ ਨਹੀਂ ਜਿਹੜਾ ਬੰਦਾ ਕਰਨ ਵਾਲਾ ਸੌਖਾ ਵੀ ਹੈ ਨਹੀਂ
क्योंकि जिहड़ियां रियलिटियां जिहड़ियां असीं तुहानूं इस दिखाउंदे पए सीगे है ना भाजी, आपां नूं किन्नियां चीज़ां दे रिस्ट्रिक्शनां होंदियां किन्नियां चीज़ां दे है ना। हुण उत्थे भांडे नहीं आपां धो सकदे सीगे अपनी गड्डी दे विच, आपां नूं कोई थां लभणी पई जिथे आपां भांडे धोईए है ना। इह गल आ हुण इह चीज़ां दी बहुत डिफिकल्टी हुंदी आ ते इह चीज़ां बंदे नूं इत्थे लैन दे विच आ के ही पता लगदियां। उत्थे बैठे आपां कही जांदे आ नहीं नहीं इदां नहीं उदां नज़ारे लैंदे आ इह वो, पर नहीं जिथे आपां खड़े सी पार्क दे विच उत्थे आपां खाली कीता सीगा, ओह कोई ऑफिशियल पार्क नहीं गा भी जिथे तुसीं जा के इन्नी लंबी ब्रेक कर सकदे। साड़ी कंपनी ने दी अथॉरिटी दे करके उन्होंने गल करन तो बाद फिर उन्होंने सानू ऑथराइज किया है चलो ठीक है तुसी रोक सकते हो, उदा नहीं तो उत्थे सिर्फ खाली करना जां ट्रक भरना तो निकलना सही है। वो इदा दा पार्क सीगा, साडा टाइम खत्म हो गया सी, साडे कोल सीगा उदा अद्धा कि घंटा, पर फिर टाइम खत्म होने के करके मान लो भी असीं होर किसी पार्क जाइए तो जगह ना मिले फिर इदा की सिचुएशन जी भी हो जाती है। फिर हूँ आप किसी कलाइंट के पार्क से आप गंद थोड़ा पाना है क्योंकि जोड़ा पानी है झग जला झग वाला पानी है वह भी डिगना थले वो फिर कोई जिदा नॉर्मल पार्क बने उ तो चल जाती है ना, पर फिर भी जोड़ा मोटा मोटा समान है टुकड़े टकड़े जो होंगे वो बंदा सीटने पैदे है ना, तो वो तो सामने हम दिखाया हूँ पानी पानी आप सिर्फ डोल सकते वह भी आप सोचा भी चलो कलाइंट माइंड ना करे गड्डी का नंबर हों सारा कुछ हों फिर कंप्लेट करूँगे इस गल करके फिर आपने होर पार्क के ट्राई किया उदा धोता। हाँ जी आप ये नहीं भाई चाहते भी कल अपने करके कहीं होर ना रोकन दे रोकन दे बस आप टोआ खोद दिता डिगना किसी होर ने चार पाँच जने होर ना डिगूंगे है ना। सही गल है अपन डिसिपलिन च रहना चाहिए जोड़ा मुतरिश्ता जोड़ा सिस्टम है कहन दे भी ड्राइवर जी अनपढ़ता है इतनी निशानी है उन्होंने अकल नहीं होंगी आप ट्राई करना आप डिसिपलिन च रहिए बाकियों का कोई चक्कर नहीं की ख्याल हूँ तेन देखने की कुछ मिलता है ना इतने कि कुछ जनता चलो मैं तुम दस दिना लोग बोतल च पेशाब करी जाते सही है जी ट्रक चो बाहर नहीं निकलना हाइजैनिक होना चाहिए हाइजैनिक नहीं होंगे देखो जो तो लोगों ने देखना वो ना वो भी सच है अपने सच्चे अपने वालों है ना वो भी सच्चे आ तुसी भी सारे जने सच्चे आ पर चंगे भी है आप ट्राई करते पे हैं उन्होंने वांगू बन दी है ना चंगे चंगे लिस्ट के करके जो ड्राइवर है ना बने जो परमात्मा ने इस मुकाम पर पहुँचाया दो तीन जने अंदर सिटो है ना दो तीन जने फिर अपने नाल होर लैके आओगे दो तीन जने इदा एक बन जाते चेन रिएक्शन जो बाकी होर लै तो की जाना लैके की जाना ठीक है जी। हूँ तू मिलते हैं जी असी फ्रैंकफूर्ट के ठीक है जी उन्नी देर तुम देखो नज़ारा तो दिखाने गड्डी किदा इतने गड्डिया किदा चल दी जर्मनी के देखता उदा तुम सारे ने लिया है और फिर भी आप दिखाने फ्रैंकफूर्ट के आप जा रहे हैं जी भीड़ पै गई इत्थे इन्ना ट्रैफिक दिखा रहा इन्ना एक घंटा डेढ़ घंटा दिखा रहा साढ़े पांच किलोमीटर क्योंकि ट्रैफिक बहुत ज़्यादा है अगे कोई एक्सीडेंट हुआ जिदे करके सारी चौक हो गई है लेन ही सारी चौक हो गई है ना फोर लेन जो फोर दिया फोर लेना जड़िया चौक हो गई क्या बंदा करूगा इदा 36 किलोमीटर से
ਜਿੱਥੋਂ ਜਿਹਦੇ ਵਿੱਚੋਂ 32 ਰਹਿ ਗਏ। 4 ਕਿਲੋਮੀਟਰ ਮੈਂ ਲਾ ਲਾ 1 ਘੰਟੇ ਜੀ, 1 ਘੰਟਾ ਹੋ ਗਿਆ ਮੈਨੂੰ। ਸਾਢੇ 3 ਘੰਟੇ ਪਏ ਸੀਗੇ, ਅਦੇ ਲਾ 2 ਘੰਟੇ ਦੇ 44 ਮਿੰਟ ਹੋ ਗਏ ਆ, 50 ਮਿੰਟ ਹੋ ਗਏ ਮੈਨੂੰ ਖੜ੍ਹੇ ਨੂੰ ਇੱਦਾਂ ਹੀ। ਕਿਆ ਬੰਦਾ ਕਰੂਗਾ, ਬੰਦਾ ਸੋਚਦਾ ਕੁਛ ਆ, ਹੁੰਦਾ ਕੁਛ ਆ, ਡਰਾਈਵਰ ਹੀ ਲੈਣ ਹੀ ਇੱਦਾਂ ਦੀ ਆ। ਆਪਾਂ ਸੋਚਿਆ ਸੀਗਾ ਵੀ ਆਪਾਂ ਪਹੁੰਚ ਜਾਂਗੇ, ਪਹੁੰਚ ਜਾਂਗੇ ਦੇਖ ਲਾ ਘੰਟੇ 'ਚ, 1.25 ਘੰਟੇ 'ਚ। ਸਹੀ ਗੱਲ ਆ। ਲਓ ਜਨਾਬ ਦੇਖ ਲਓ, ਹਜੇ ਵੀ ਅਸੀਂ ਇੱਥੇ ਖੜ੍ਹੇ ਹਾਂ, ਗਏ ਕਿਤੇ ਨਹੀਂ ਗਏ, ਤੁਸੀਂ ਵੀ ਦੇਖੀ ਜਾਂਦੇ ਹੈ ਨਾ, ਕੀ ਖਿਆਲ ਆ। ਹੈਲੋ, 18:44 ਹੋ ਗਏ ਆ ਇੱਥੇ ਦਾ ਟਾਈਮ, ਜਰਮਨੀ ਦਾ। ਲਾਈਨ ਲੱਗੀ ਹੋਈ ਆ ਪੂਰੀ, 6:36 11 ਸੀਗਾ ਪਹਿਲਾਂ, ਅਤੇ ਬਸ ਹੌਲੀ 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 ਆਏ ਹਾਂ। ਆਹ ਦੇਖ ਲਓ ਟਾਈਮ, ਕੀ ਕਹਿਣਾ ਵੀ ਜਿਹੜਾ ਟਾਈਮ ਮੇਰੇ ਕੋਲ, ਮੈਨੂੰ ਇੱਥੇ ਖੜਿਆਂ ਨੂੰ ਇਸ ਟਾਈਮ 3:05-3:08 ਮਿੰਟ ਹੋ ਗਏ ਟੋਟਲ ਆਪਾਂ ਨੂੰ ਖੜਿਆਂ ਨੂੰ, ਅਤੇ ਮੈਨੂੰ 2.25 ਘੰਟੇ ਹੋ ਗਏ ਆ। 2.25 ਘੰਟੇ ਤੋਂ ਲਾ ਲਓ ਵੀ 3 ਮਿੰਟ ਘੱਟ, ਆਹ ਲਾਈਨ ਹੀ ਨਹੀਂ ਮੁੱਕੀ ਮੇਰੇ ਕੋਲ ਜਿੱਥੇ ਅਸੀਂ ਜਾਣਾ ਆ ਇਸ ਟਾਈਮ ਭਰਨ ਲਈ। ਕੰਪਨੀ ਨੇ ਇਨਫੋਰਮ ਕਰ ਦਿੱਤਾ ਕਲਾਇੰਟ ਨੂੰ ਵੀ ਇਹਦੇ ਕਰਕੇ ਟ੍ਰੈਫਿਕ ਦੇ ਕਰਕੇ ਅਸੀਂ ਫਸੇ ਹੋਏ ਹਾਂ, ਅਤੇ ਸਾਡੇ ਕੋਲੋਂ ਲੇਟ ਆ ਹੁਣ। ਪਰ ਜੋ ਪਲੈਨ ਕੀਤਾ ਹੁੰਦਾ ਨਾ, ਹੁਣ ਡੋਨਰ ਪਲੈਨ ਕੀਤਾ, ਇਹ ਡੋਨਰ ਹੋਣੀ ਤਾਂ ਮੰਦੀ ਦੇ ਨਹੀਂ ਕਿਤੇ, ਹੈ ਨਾ। ਡੋਨਰ ਪਲੈਨ ਕੀਤਾ ਸੀ ਆਪਾਂ, ਥੱਕ ਗਿਆ ਆਪਣਾ ਬਾਬਾ ਦਾ, ਥੱਕ ਗਿਆ ਨਾਲ ਬੈਠਾ ਬੈਠਾ। ਉਹ ਤਾਂ ਕਹਿੰਦਾ ਮੈਨੂੰ ਸਟੇਅਰਿੰਗ ਫੜਾ ਛੇਤੀ, ਔਖਾ ਬਾਈ, ਇੱਦਾਂ ਇੱਦਾਂ ਨਹੀਂ ਮਜ਼ਾ ਆਉਂਦਾ ਕੰਮ ਕਰਨ ਦਾ। ਸ਼ਿਫਟ ਸਾਰੀ ਉੱਡ ਗਈ ਹੈ, ਸ਼ਿਫਟ ਦੇ ਨਾਲ ਨਾਲ ਦੂਜਾ ਕੀ ਉਹਨੂੰ ਕਹਿੰਦੇ ਆ, ਐਂਪੀਟਿਊਡ ਉੱਡ ਗਿਆ ਆਪਣਾ, ਸ਼ਿਫਟ ਜਿਹੜੀ ਆ ਵਰਕਿੰਗ ਆਵਰ ਜਿੰਨਾ ਨਿਕਲੀ ਜਾਂਦਾ ਆਪਣਾ। 3 ਘੰਟੇ ਉੱਡ ਗਏ ਸਾਡੇ, ਹਜੇ ਜਿੱਥੇ ਭਰਨਾ ਆ UPS ਆ ਲੋਡ, ਜਿੱਥੋਂ ਅਸੀਂ ਲੋਡ ਕਰਨਾ ਆ UPS ਚੋਂ, ਉਹਨਾਂ ਨੇ ਵੀ ਟਾਈਮ ਲਾ ਦੇਣਾ। ਹੁਣ ਹਿਸਾਬ ਤਾਂ ਵੀ UPS ਲੋਡ ਭਰਨਾ ਆ ਆਪਾਂ, ਅਤੇ UPS ਤੋਂ ਜਾਣਾ ਅਸੀਂ ਸਪੇਨ 'ਚ ਜਾਣਾ, ਸਪੇਨ 'ਚ ਜਾਣਾ। ਜੋ ਅਸੀਂ ਕੈਲਕੂਲੇਸ਼ਨ ਕੀਤੀ ਸੀ, ਮੈਂ ਕੀਤੀ ਸੀ ਕੈਲਕੂਲੇਸ਼ਨ, 18 ਤੁਰੇ ਤਾਂ ਫਿਰ ਅਸੀਂ ਪਹੁੰਚੂਗੇ। ਹੁਣ ਤਾਂ 18 ਤਾਂ ਇੱਥੇ 18:19 ਵੱਜ ਚੱਲੇ, ਹੈ ਨਾ। 19 ਮਤਲਬ ਸ਼ਾਮ ਦੇ 7 ਵੱਜ ਚੱਲੇ ਆ। ਲੋਡ ਸੀਗਾ, ਲੋਡ ਪਹਿਲਾਂ ਤਾਂ ਸੀਗਾ 3 ਦਾ, 3 ਤੋਂ ਲੇਟ ਕਰਕੇ, ਕਿਉਂਕਿ ਸਾਡੀ ਬ੍ਰੇਕ ਹੋਣੀ ਸੀ 24 ਘੰਟੇ ਦੀ ਅੱਜ। ਕੱਲ੍ਹ ਸਟਾਰਟ ਕੀਤੀ ਸੀ ਬ੍ਰੇਕ 3:00 ਦੁਪਹਿਰੇ, ਹੈ ਨਾ। ਦੁਪਹਿਰੇ 3:00 ਬ੍ਰੇਕ ਸਟਾਰਟ ਕੀਤੀ, ਅੱਜ 3:00 ਖਤਮ ਹੋਈ। ਤੋਰਿਆ ਜਦੋਂ ਤਾਂ ਤੋਰਿਆ ਤਾਂ ਆਹ ਸੱਪ ਇੱਥੇ ਮੂਹਰੇ ਬੈਠਾ ਹੋਇਆ, ਹੋਰ ਕੀ ਮੁੱਕਣ 'ਚ ਨਹੀਂ ਹੁੰਦਾ, ਮੁੱਕਣ 'ਚ ਨਹੀਂ ਆਉਂਦਾ ਇੰਨਾ ਟਾਈਮ ਹੋ ਗਿਆ ਯਾਰ, 1.5 ਘੰਟਾ ਹੋ ਗਿਆ ਫਸਿਆ ਨੂੰ ਵਿੱਚ। ਹਾਂਜੀ, ਹੈਂ। ਹੋਰ ਆਪਾਂ ਨੂੰ 1.5 ਘੰਟਾ ਲੱਗਿਆ ਆਪਾਂ ਪਿੱਛੋਂ, ਹਾਂ ਪਿੱਛੋਂ ਮਸਾਈ 1.5 ਘੰਟਾ ਲੱਗਾ। ਸਹੀ ਗੱਲ ਆ, ਇੱਦਾਂ ਦਾ ਜੋ ਚੱਕਰ ਪੈ ਜਾਂਦਾ ਨਾ, ਪਿੱਛੇ ਇੱਕ ਟਰਾਲਾ ਆ ਰਿਹਾ ਆ ਜਿਹੜਾ ਕਿ ਮੇਰੇ ਹਿਸਾਬ ਨਾਲ ਪਿਕਅਪ ਟਰਾਲਾ ਆ, ਪਿਕਅਪ ਟਰੱਕ ਆ ਉਹ, ਮੈਨੂੰ ਲੱਗਦਾ ਉਹ ਚੱਕੂਗਾ। ਹੁਣ ਚੱਕਣ ਦਾ ਕੀ ਫਾਇਦਾ, ਹੁਣ ਤਾਂ 3.5 ਕਿਲੋਮੀਟਰ ਰਹਿ ਗਏ, ਹੁਣ ਤਾਂ ਨਿਕਲੀ ਗਏ। 11 ਕਿਲੋਮੀਟਰ ਸੀਗਾ ਦੇਖ ਲਓ ਲਾਈਨ, ਜਿਹਦੇ ਵਿੱਚੋਂ 3.4 ਕਿਲੋਮੀਟਰ ਰਹਿ ਗਿਆ। ਹੁਣ ਲਾ ਲਓ ਹਿਸਾਬ, ਹੌਲੀ ਹੌਲੀ ਟਿੱਚਕ ਟਿੱਚਕ ਜਿੱਦਾਂ ਕੱਛੂਗਾ ਮਿਆਂਗੂ ਨਾ। ਸਹੀ ਗੱਲ, ਇੱਦਾਂ ਚੱਲੀ ਹੈ ਗੱਡੀ, ਰੁਕ ਰੁਕ ਕੇ ਰੁਕ ਰੁਕ ਕੇ, ਕੋਈ ਫਾਇਦਾ ਨਹੀਂ ਯਾਰ, ਇੱਦਾਂ ਕੋਈ ਫਾਇਦਾ ਨਹੀਂ।
ਕਾਬੂ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਉਹ ਗੱਡੀਆਂ ਦੂਸਰੇ ਪਾਸੇ ਦੇਖ ਲਓ ਲੇਨ ਫਰੀ ਆ ਦੇਖ ਲਓ ਫਰੀ ਸਪੀਡ 'ਤੇ ਗੱਡੀਆਂ ਚੱਲਣ ਡੀਆਂ ਸਾਡੀਆਂ ਸਾਡੀ ਖੜ੍ਹੀ ਆ ਗੱਡੀ ਗਰੂਆ ਆਉਣ ਡਿਆ ਪਿੱਛੇ ਗਰੂਆ ਗਰੂਆ ਹਾਂ ਗਰੂਆ ਆਉਂਦਾ ਪਿਆ ਗਰੂਆ ਆਉਂਦਾ ਪਿਆ ਮੈਨੂੰ ਲੱਗਦਾ ਲੱਗਦਾ ਕੁਛ ਨਾ ਕੁਛ ਕਰੂਗਾ ਡੋਨਰ ਤਾਂ ਖੁੱਲਾ ਰਹਿੰਦਾ ਦਿਨ ਰਾਤ ਯਾਰ 24/0 ਤੇ ਬੰਦ ਹੁੰਦਾ ਯਾਰ ਸੈਡ ਹੀ ਹੋ ਗਿਆ ਨਹੀਂ ਭਾਈ ਦਿਲ ਨਾ ਛੱਡ ਪਏ ਦਿਲ ਨਹੀਂ ਛੱਡੀ ਦਾ ਕੋਈ ਗੱਲ ਥੋੜ੍ਹੀ ਥੋੜ੍ਹੀ ਆਪਾਂ ਪਹੁੰਚ ਜਾਣਾ ਉੱਥੇ ਤੈਨੂੰ ਗੱਡੀ ਫੜਾਉਣਾ ਉੱਥੇ ਜਾ ਕੇ ਠੀਕ ਹੈ ਰੂਹਾਂ ਨਹੀਂ ਗਾ ਯਾਰ ਇਹ ਹੋਰ ਹੀ ਕੁਛ ਲਈ ਜਾਂਦਾ ਮਰੀ ਜਾਂਦਾ ਬਿਨਾਂ ਗੱਲੋਂ ਹੋਰਨ ਪਈ ਦੱਸ ਰੋਡ ਸਾਫ ਕਰਨ ਵਾਲਾ ਆ ਇਹਨੂੰ ਕਾਹਲੀ ਜ਼ਿਆਦੀ ਆ ਸਾਡੇ ਨਾਲ ਹੈ ਮਟੀਰੀਅਲ ਹੋਣਾ ਇੱਥੇ ਅੱਗੇ ਹੋਰਨ ਮਾਰਨ ਡਿਆ ਵੀ ਤੈਨੂੰ ਜਗ੍ਹਾ ਦਿੱਤੀ ਤਾਂ ਹੈਗੀ ਹੁਣ ਹੋਰਨ ਮਾਰੀ ਜਾਂਦਾ ਤੂੰ ਸਾਨੂੰ ਕੀ ਖਿਆਲ ਆ ਆਪਦੇ ਮੋਟਰਸਾਈਕਲ ਵਾਲਾ ਲਾਹਾ ਲੈਣ ਡਿਆ ਜੀ ਹੁਣ ਆਪਾਂ ਤਪੱਸਿਆ ਦੀ ਕਹਿੰਦੇ ਹੁੰਦੇ ਆ ਤਪੱਸਿਆ ਆਪਣੀ ਹੋ ਗਈ ਆ ਕੰਪਲੀਟ ਇੰਨਾ ਟਾਈਮ ਆਪਾਂ ਸਬਰ ਕੀਤਾ ਕਹਿੰਦੇ ਹੁੰਦੇ ਸਬਰ ਦਾ ਫਲ ਮਿੱਠਾ ਹੁੰਦਾ ਹੌਲੀ 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 ਕਰਕੇ ਆਪਾਂ ਅੱਗੇ ਆਏ ਹਾਂ ਅਤੇ ਹੁਣ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿਹੜੇ ਕਿਹੜੀ ਗੱਲ ਕਰਕੇ ਇੰਨਾ ਟ੍ਰੈਫਿਕ ਸੀਗਾ ਹਾਂਜੀ ਟ੍ਰੈਫਿਕ ਕਾਹਦੇ ਲਈ ਇੰਨੀ ਚੌਕ ਹੋਈ ਹੋ ਸੀਗੀ ਆਪਣੀ ਲੇਨ ਦੋ ਲੇਨਾਂ ਆਪਣੀਆਂ ਚੌਕ ਸੀਗੀਆਂ ਕਿਉਂ ਸੀਗੀਆਂ ਚੌਕ ਆਪਾਂ ਹੁਣੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਦੇਖੋ ਜੀ ਬਣੇ ਰਹੋ ਨਾਲ ਸਾਡੇ ਨਾਲ ਬਣੇ ਰਹੋ ਤਾਂ ਕਿ ਤੁਸੀਂ ਵੀ ਦੇਖ ਸਕੋ ਲਓ ਜੀ ਤੁਹਾਨੂੰ ਵਿੰਡ ਸਕਰੀਨ ਸਾਫ ਕਰਦੀ ਵਿੰਡ ਸਕਰੀਨ ਪਹਿਲਾਂ ਤਾਂ ਵਿੰਡ ਸਕਰੀਨ ਸਾਫ ਕਰਨੀ ਪੈਣੀ ਆਪਾਂ ਇਹ ਦੇਖੋ ਜੀ ਚਾਰ ਲੇਨਾਂ ਚਾਰਾਂ 'ਚੋਂ ਇੱਕ ਬਣਦੀ ਪਈ ਆ ਹਾਂਜੀ ਹੁਣ ਆਪਾਂ ਜਾ ਰਹੇ ਹਾਂ ਥਰਡ ਲੇਨ 'ਚ ਥਰਡ 'ਚ ਆਪਾਂ ਨੂੰ ਜਾਣਾ ਫੋਰਥ ਦੇ ਵਿੱਚ ਫਿਰ ਗੱਲ ਬਣਨੀ ਆ ਉਹ ਮੂਹਰੇ ਲਾਏ ਆ ਉਹਨਾਂ ਨੇ ਦੂਏ ਛਪੜੇ ਜੇ ਅਤੇ ਨਾਲ ਉਹ 'ਤੇ ਐਰੋ ਲਾਏ ਆ ਦੋ ਥੱਲੇ ਨੂੰ ਇਹ ਤਾਂ ਕੋਈ ਪ੍ਰੋਫੈਸ਼ਨਲ ਹੋਊਗਾ ਸਾਨੂੰ ਅੰਦਰ ਬਣ ਦੇ ਦੂਗਾ ਨਹੀਂ ਤਾਂ ਗੱਡੀ ਰਗੜ ਹੋ ਜਾਣੀ ਨਾਲ ਦੀ ਕੀ ਖਿਆਲ ਆ ਸਿਰ ਜੜਾਉਣਾ ਪੈਣਾ ਮਾੜਾ ਜਿਹਾ ਸਿਰ ਕੱਢੂਗੇ ਨਾ ਆਪਣੇ ਆਪ ਹੀ ਚੁੱਪ ਹੋ ਜਾਣਾ ਉਹਨੇ ਲੇਨ ਹੀ ਬੰਦ ਕਰਤੀ ਭਾਈ ਇਹਨਾਂ ਨੇ ਜਿੱਧਰ ਨੂੰ ਆਹ ਜੀ ਪੀ ਐੱਸ ਮੋੜ ਰਿਹਾ ਨਾ ਆਪਾਂ ਨੂੰ ਉਹ ਉੱਧਰ ਨੂੰ ਹੀ ਜਾਣਾ ਪੈਣਾ ਕਿਉਂਕਿ ਲੇਨ ਬੰਦ ਹੈ ਮੋਹਰੇ ਮੋਹਰੇ ਲੇਨ ਬੰਦ ਹੈ ਰਾਹ ਹੀ ਬੰਦ ਕਰ ਦਿੱਤਾ ਇਹਨਾਂ ਨੇ ਕੋਈ ਵੱਡਾ ਹੀ ਮੇਜਰ ਐਕਸੀਡੈਂਟ ਹੋਇਆ ਜਿਹੜਾ ਆਹ ਸਿਸਟਮ ਹੋ ਗਿਆ ਨਾ ਜਿਹੜਾ
ਨਾ ਰਾਹ ਹੀ ਬੰਦ ਕਰ ਦਿੱਤਾ ਉਹਨਾਂ ਓ ਹੋ 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 ਆਹ ਦੇਖੋ ਨਾ ਇੱਧਰ ਇਹਦੇ ਕਰਕੇ ਹੋਇਆ ਕੰਮ ਸਾਰਾ ਖਰਾਬ ਉਹ ਦੇਖੋ ਸਾਈਡ 'ਤੇ ਲੱਗੀ ਇਹਦੀ ਗੱਡੀ ਉਹ ਤੇਰਾ ਭਲਾ ਹੋ ਜੀ ਪਾਣੀ ਪਾ ਤਾ ਗੱਡੀ ਵਿੰਗ ਬਲ ਹੀ ਪੈ ਗਿਆ ਬਲ ਨਹੀਂ ਪਿਆ ਇਹ ਉਹ ਦੂਜੀ ਖਰਾਬ ਹੋ ਗਈ ਆ ਗੱਡੀ ਗੱਡੀ ਰਾਹ 'ਚ ਹੀ ਖਰਾਬ ਹੋ ਗਈ ਆ ਇਹ ਤਾਂ ਕਰਕੇ ਸਾਰਾ ਕੁਛ ਹੀ ਟ੍ਰਾਂਜ਼ਿਸਟ ਇਹਨਾਂ ਨੇ ਬੰਦ ਕਰਤੀ ਸੀ ਇਹਨੂੰ आईगो जिदा ऑनलाइन ही ना है इस करके फिर बेचारे ने पता नहीं गल लगता ठीक है जी पर काम दस गुना वधिया करके दिंदा जिहड़ा आहा आ आ देखो इन्हें अपने आप ही सैट करता है भी अगे ट्रांजिस्ट है जिदा पहला भी तुम दिखाई है तो अपने आप ही इन्हें रूट सैट सैट कर दिता रीरूट कर दिता सही है जी ये हम तुम आप जी दी जाग दी एक मिसाल पैदा करके दिखाती मिलूगा मिलूगा ये तो लाजमी जी गल है जी वाहेगुरू वाहेगुरू चलो जी हुण तुहानूं आपां UPS जाके मिलते हैं ठीक है जी आ देख लो तुसीं ट्रांजिस्ट इदां भी चक्कर पै जांदा सानूं इन्ना टाइम हो गया सानूं पूरे दे पूरे ला लो हिसाब भी 3 घंटे हो गए निकले हन अद्धे घंटे च आपां पहुँच गए सी उत्थे ते 2.5 घंटे सानूं इस चीज़ नूं लग गए देख लो जिहड़ा GPS 2 घंटे दिखा रहा है पर करदे करदे 2.5 घंटे सानूं हो गए हाँ टाइम देख लो टाइम तो अभी हाँ देख लो टाइम तो पहला टाइम देख लो शायद मेरी कैलकुलेशन गलत हो गई हो सकता मैं भुलेखा लगा हो पर लगभग 2-2.5 घंटे लग गए सानू बाहर निकलते हैं ठीक है जी हुण आपां तुहानू मिलते हैं क्लाइंट दे जाके फिर थानू अपडेट दिने तो नाले आपां ब्लॉग नू करते हैं फिनिश असीं हुण गाने सुन लईए भाई जी इन्हों का नवा डोनर खुला मैं थोड़ा दिखा नवा डोनर खुला तो 5.90 तक देंगे है ना कोका कोला 1.80 देंगे वधिया रेट है सस्ता टिकाऊ मैं थोड़ा दिखा दिना अंदरले पास बाद दिखाने वधिया डोनर है फ्रैश फ्रैश कटे ने भाई है ना लाओ जी आगा देखो जी अपना ये ना है डोनर वाला डोनर कबाब ये फ्रैंकफूर्ट के बच्चे तो अपना वीर है यदा ना अमीर अमीर है मुंडे का नाम हिंदी बोलता है ना तो इन्हों बंदे की लौड़ आ बंदे की लौड़ है डिलीवरी बंद है डिलीवरी बॉय तो जे अपना कोई वीर हो जरूर इतने आओ गलबात करो है ना तो इन्हों बंदे की लौड़ है इतने तो वधिया खाना इन्हों का बड़ा वधिया नज़ारा आ गया है ना अपन की ख्याल बहुत वधिया लगे टेस्टी सी वधिया लगा टेस्टी उन्हां दा बोलण दा जिहड़ा तरीका सब तो ज्यादा टेस्टी सी सही गल वधिया मन खुश हो गया आके इत्थे सही गल सही गल जी बाकी भाजी हुण दसणगे तुहानूं बहुत वधिया अपना डोनर डोनर कबाब ते मुंडे दा नाम अमीर है इहदा मुंडे दा नाम अमीर है अमीर मुंडा हिंदी बोलदा है थोड़ी थोड़ी है ना हाँ जी हिंदी बोलदा ते इहने मैनूं कहा कहिंदा आपां नूं बंदा चाहीदा आ डिलीवरी दा तो मेरे वीरो इतने जे थानू कोई बंदा जानता फ्रैंकफूर्ट के मैं लोकेशन पा दिना डिस्क्रिप्शन तुसी प्लीज़ इतने आओ तो जे कम आता जो थानू कम चाहिए तो कम कर सकते ठीक है जी उधरों ब्रिज पार करके तुसी इधर नू आना है तुसी सीधी लोकेशन पा सकते हैं UPS है ना वापस आ जिदा UPS मान लो तुसी UPS पा लिया UPS चा ब्रिज आ ब्रिज चो ती ए आ गए राइट आके इधर सामने ही वो डोनर आ ब्रिज उतर ब्रिज उतर दे
ਹੋਰ ਸਿੱਧਾ ਹੀ ਜਾਣਾ ਆਪਾਂ ਆ ਤੁਹਾਨੂੰ ਨਿਸ਼ਾਨੀ ਦਿਖਾਉਣੇ ਇੱਧਰ ਆ ਤੁਹਾਨੂੰ ਨਿਸ਼ਾਨੀ ਦਿਖਾਉਣੇ ਆ ਇੱਕ ਮੂਰਤੀ ਜਿਹੀ ਲੱਗੀ ਆ ਇੱਥੇ ਸਹੀ ਆ ਇਹ ਮੂਰਤੀ ਹੈਗੀ ਨਿਸ਼ਾਨੀ ਸਹੀ ਆ ਇਹ ਮੂਰਤੀ ਤੋਂ ਸਿੱਧਾ ਹੀ ਆਉਣ ਹੋ ਜਾਣਾ ਤੁਸੀਂ ਉੱਧਰ ਹੈਗਾ ਡੋਨਰ ਆ ਹੈਗਾ ਬ੍ਰਿਜ ਰਾਈਟ ਕਿੰਨੀਆਂ ਕੁ ਗੱਲਾਂ ਸੀਗੀਆਂ ਤੁਹਾਨੂੰ ਹੁਣ ਤੁਹਾਨੂੰ ਮਿਲਦੇ ਅੰਦਰ ਜਾ ਕੇ ਹਿੰਦੀ ਬੋਲਦਾ ਅਫਗਾਨਿਸਤਾਨ ਤੋਂ ਸੀ ਅਫਗਾਨਿਸਤਾਨ ਤੋਂ ਸੀਗਾ ਹਿੰਦੀ ਬੋਲਦਾ ਸੀਗਾ ਤੇ ਉਹਨੇ ਇੱਕ ਗੱਲ ਕਹੀ ਵੀ ਜੇ ਤੁਹਾਨੂੰ ਕੋਈ ਮੁੰਡਾ ਜਾਣਦਾ ਹੈ ਨਾ ਇੰਡੀਅਨ ਹੋਵੇ ਪਾਕਿਸਤਾਨ ਤੋਂ ਹੋਵੇ ਜਿਹੜਾ ਕਿ ਫਰੈਂਕਫੂਰਟ ਰਹਿੰਦਾ ਹੋਵੇ ਇੱਥੇ ਆਪਾਂ ਲੋਕੇਸ਼ਨ ਤੁਹਾਨੂੰ ਸ਼ੇਅਰ ਕਰ ਦੇਣੀ ਆ ਸਹੀ ਹੈ ਜੀ ਲੋਕੇਸ਼ਨ ਆਪਾਂ ਸ਼ੇਅਰ ਕਰ ਦੇਣੀ ਤੁਹਾਨੂੰ ਹੁਣੇ ਅਤੇ ਲੋਕੇਸ਼ਨ ਆਪਾਂ ਸ਼ੇਅਰ ਕਰ ਦੇਣੀ ਆ ਅਤੇ ਪਲੀਜ਼ ਮੇਰੀ ਜਾਨ ਜੇ ਕਿਸੇ ਨੂੰ ਲੋੜ ਹੈਗੀ ਹੈ ਕੰਮ ਦੀ ਹੈ ਨਾ ਅਤੇ ਇਸ ਡੋਨਰ 'ਤੇ ਜਾਇਓ ਇਹਨਾਂ ਨੂੰ ਡਿਲੀਵਰੀ ਵਾਲੇ ਬੰਦੇ ਦੀ ਲੋੜ ਹੈ ਜਿਹੜਾ ਫੂਡ ਡਿਲੀਵਰ ਕਰਨ ਵਾਲਾ ਹੁੰਦਾ ਨਾ ਹੁਣ ਬਾਈ ਆਪਾਂ ਨੂੰ ਨਹੀਂ ਪਤਾ ਪੈਸੇ ਕਿੰਨੇ ਦੇਣੇ ਆ ਨਾ ਆਪਾਂ ਗੱਲ ਕੀਤੀ ਹੈ ਉਹ ਸੋਚਦਾ ਸੀਗਾ ਵੀ ਬਾਬਾ ਹੈਗਾ ਡੁੱਚ ਕੋਈ ਡੁੱਚ ਲੱਗਦਾ ਦੇਖਣ ਨੂੰ ਤਾਂ ਅਤੇ ਉਹਨੇ ਸਾਨੂੰ ਐਕਚੁਅਲੀ ਸੋਚਿਆ ਵੀ ਅਸੀਂ ਸ਼ਾਇਦ ਇੱਥੇ ਲੱਗ ਕੇ ਰਹਿੰਦੇ ਹਾਂ ਕਹਿੰਦਾ ਤੁਹਾਨੂੰ ਜੇ ਕੰਮ ਦੀ ਲੋੜ ਹੈ ਤੁਸੀਂ ਕਰ ਲਓ ਹੈ ਨਾ ਅਤੇ ਮੈਂ ਕਿਹਾ ਜੇ ਸਾਡੇ ਕੋਲ ਅਸੀਂ 45 ਦੀ ਬ੍ਰੇਕ 'ਤੇ ਹੁੰਦੇ ਫਿਰ ਤਾਂ ਅਸੀਂ ਲਾ ਲੈਣੀ ਸੀ ਇੱਕ ਅੱਧੀ ਸ਼ਰਟ ਹੈ ਨਾ ਸਹੀ ਖਿਆਲ ਆ ਸਹੀ ਗੱਲ ਆ ਮਜ਼ਾਕ ਕਰਦੇ ਹਾਂ ਸਾਨੂੰ ਗਲੀਆਂ 'ਚ ਘੁੰਮਦੇ ਅਤੇ ਭੁੱਲ ਜਾਣਾ ਹੀ ਰਾਹ ਅਤੇ ਜੇ ਤੁਹਾਨੂੰ ਲੋੜ ਆ ਪਲੀਜ਼ ਇਹਦੇ ਕੋਲ ਜਾਓ ਆਹ ਲੋਕੇਸ਼ਨ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਹੋਊਗੀ ਕੀ ਸੀਗਾ ਨਾਮ ਇਹਦਾ ਮੋਮੋ ਡੋਨਰ ਪੀਜ਼ਾ ਕੁਛ ਇੱਦਾਂ ਕਰਕੇ ਸੀਗਾ ਸਹੀ ਹੈ ਜੀ ਜਿੱਦਾਂ ਤੁਸੀਂ ਵੀਡੀਓ 'ਚ ਦੇਖ ਰਹੇ ਦੇਖਿਆ ਵੀ ਤੁਸੀਂ ਕਲਿੱਪ ਅਤੇ ਬੰਦਾ ਬਹੁਤ ਵਧੀਆ ਗੱਲ ਕਰੋ ਉੱਥੇ ਜਾ ਕੇ ਜੇ ਤੁਹਾਨੂੰ ਕੰਮ ਦੀ ਲੋੜ ਆ ਤੁਸੀਂ ਕੰਮ ਕਰ ਸਕਦੇ ਚਾਰ ਪੈਸੇ ਕਮਾ ਸਕਦੇ ਸਹੀ ਹੈ ਜੀ ਹੁਣ ਅਸੀਂ ਲੱਗੇ ਹਾਂ ਸੌਣ ਸਾਡੇ ਨਾਲ ਇੱਕ ਇੰਸੀਡੈਂਟ ਵਾਪਰਿਆ ਜਿਹਦੇ ਨਾਲ ਮੂਡ ਆਫ ਹੋ ਗਿਆ ਜੀ ਸਾਡਾ ਥੋੜ੍ਹਾ ਜਿਹਾ ਹੈ ਨਾ ਬਾਬਾ ਜੀ ਸਹੀ ਗੱਲ ਹੈ ਬਾਈ ਮੂਡ ਜਿਹਾ ਨਾ ਅਪਸੈਟ ਹੋ ਗਿਆ ਸਾਡਾ ਕਿਉਂਕਿ UPS ਜਿੱਥੇ ਅਸੀਂ ਗਏ ਨਾ ਲੋਡ ਕਰਨ ਇਹ ਬੰਦਿਆਂ ਨੇ ਬਹੁਤ ਜ਼ਿਆਦਾ ਮਿਸਬਿਹੇਵ ਕੀਤਾ ਮੇਰੇ ਨਾਲ ਅਤੇ ਆਪਾਂ ਅਵੋਇਡ ਕੀਤਾ ਉਸ ਸਿਚੁਏਸ਼ਨ ਪਰ ਫਿਰ ਵੀ ਥੋੜ੍ਹਾ ਮੂਡ ਤਾਂ ਅਪਸੈਟ ਹੁੰਦਾ ਹੀ ਹੈ ਜੀ ਬਾਕੀ ਚਲੋ ਅੱਜ ਲਈ ਇੰਨਾ ਹੀ ਸੀਗਾ ਉਮੀਦ ਕਰਦਾ ਬਲੌਗ ਹੋਣੀ ਸਾਡੇ ਬਲੌਗ ਹੋਣੀ ਵਧੀਆ ਲੱਗੇ ਹੋਊਗੇ ਜੇ ਵਧੀਆ ਲੱਗਾ ਤਾਂ ਪਲੀਜ਼ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਮੇਰੀ ਜਾਨ ਅਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਜੇ ਤੁਸੀਂ ਨਵੇਂ ਆ ਅਤੇ ਜੇ ਤੁਸੀਂ ਪੁਰਾਣੇ ਆ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦਾ ਜੀ ਠੀਕ ਹੈ ਜੀ ਅਸੀਂ ਤੁਹਾਡੇ ਰਿਣੀ ਹਾਂ ਜੀ ਅਤੇ ਖਿਆਲ ਰੱਖਿਓ ਆਪਣਾ ਸਤਿ ਸ਼੍ਰੀ ਅਕਾਲ ਜੀ ਅਗਲੇ ਵਲੌਗ 'ਚ ਮਿਲਦੇ ਹਾਂ ਤੁਹਾਨੂੰ